ਆ ਦੂਸਰਾ ਮਾਸ਼ਾਅੱਲਾ ਜੀ ਇਹ ਵੀ ਦੋ ਪਹਿਲੇ ਸੂਬੇ ਦਾ 35 ਪਲੱਸ ਦਾ ਰਿਕਾਰਡ ਹੈ ਹੁਣ ਸੁਬਾਹ ਦੂਸਰਾ ਸੂਈ ਹੈ ਥੱਲੇ ਵੀ ਪੂਰਾ ਮੈਦਾਨ ਲਾਇਆ ਵੇ ਅਸਲਾਮੁਅਲੈਕੁਮ ਸਜਣੋ ਤੇ ਬੇਲੀਓ ਉਮੀਦ ਕਰਨਾ ਕਿ ਸਾਰੇ ਦੋਸਤ ਅਹਿਬਾਬ ਅੱਲਾਹ ਪਾਕ ਦੇ ਫਜ਼ਲ ਤੇ ਕਰਮ ਦੇ ਨਾਲ ਹੈਰੀਅਤ ਨਾਲ ਹੁੰਦੇ ਅੱਜ ਦਿਨ ਜੁਮੇਰਾਤ ਦਾ ਤੇ ਇਸ ਟਾਈਮ ਫਹਰੇ ਸਿਆਲਕੋਟ ਸਿਆਲਕੋਟ ਦੇ ਨਾਮੂਰ ਮਸ਼ਹੂਰ ਤੇ ਮਾਸ਼ਾਅੱਲਾ ਜੀ ਬ੍ਰਾਂਡ ਵਪਾਰੀ ਆਸਮ ਡੋਗਰ ਸਾਹਿਬ ਦੇ ਡੇਰੇ ਤੇ ਮੌਜੂਦ ਹਾਂ ਤੇ ਮਾਸ਼ਾਅੱਲਾ ਜੀ ਡੋਗਰ ਸਾਹਿਬ ਹਮੇਸ਼ਾ ਦੀ ਤਰ੍ਹਾਂ ਮਿਹਨਤ ਕਰਕੇ ਦੋਸਤਾਂ ਵਾਸਤੇ ਤਿੰਨ ਖੂਬਸੂਰਤ ਅਨਮੋਲ ਅਸਲੀ ਤੇ ਨਸਲੀ ਸ਼ਾਨਦਾਰ ਜਾਨਵਰ ਲੈ ਕੇ ਆਏ ਨੇ ਜਿਨ੍ਹਾਂ 'ਚ ਮਾਸ਼ਾਅੱਲਾ ਜੀ 27-28 ਕਿਲੋ ਦੁੱਧ ਵਾਲੇ ਜਾਨਵਰ ਵੀ ਮੌਜੂਦ ਨੇ ਸਾਰੇ ਜਾਨਵਰਾਂ ਦੀ ਤਸੱਲੀ ਕਰਵਾਉਂਦੇ ਹਾਂ ਅਤੇ ਉਹਨਾਂ ਦਾ ਜਿਹੜਾ ਪਿਆਰ ਮੁਹੱਬਤ ਵਾਲਾ ਜਾਇਜ਼ ਮੁਨਾਸਬ ਰੇਟ ਹੈ ਉਹ ਵੀ ਮਲੂਮ ਕਰਨੇ ਹਾਂ ਦੋਸਤਾਂ ਕੀ ਗੁਜ਼ਾਰਿਸ਼ ਹੈ ਜੀ ਵੀਡੀਓ ਨੂੰ ਮੁਕੰਮਲ ਲਾਜ਼ਮੀ ਵੇਖਣਾ ਅਤੇ ਕਮੈਂਟ ਕਰਕੇ ਆਪਣੀ ਰਾਏ ਦਾ ਅਜ਼ਹਾਰ ਵੀ ਕਰਨਾ ਡੋਗਰ ਸਾਹਿਬ ਆਓ ਜੀ ਸਾਹਮਣੇ ਇਹ ਤੋਹਫਿਆਂ ਦੇ ਸਾਹਮਣੇ ਆਈਓ ਜ਼ਰਾ ਮਿਹਰਬਾਨੀ ਜੀ ਵਾਲਕਮ ਸਲਾਮ ਡੋਗਰ ਸਾਹਿਬ ਕੀ ਹਾਲ ਹੈ ਠੀਕ ਹੋ ਮਾਸ਼ਾਅੱਲਾ ਜੀ ਸਿਲਸਿਲਾਵਾਰ ਵੀਡੀਓ ਵੇ ਦੋਸਤ ਜਨਾਬ ਦੇ ਨਾਮ ਤੋਂ ਜਨਾਬ ਦੇ ਕੰਮ ਤੋਂ ਬਾਹੂਬੀ ਵਾਕਫ ਨੇ ਸ਼ੌਕ ਅੱਛਾ ਕਰਵਾਉਂਦੇ ਹੋ ਕੁਆਲਿਟੀ ਮਿਆਰ ਤੇ ਕੰਪਰੋਮਾਈਜ਼ ਨਹੀਂ ਕਰਦੇ ਜਾਨਵਰ ਅੱਜ ਵੀ ਚੰਗੇ ਨੇ ਦੋਸਤਾਂ ਨੂੰ ਫਿਰ ਆਪਣਾ ਤੇ ਆਪਣੇ ਡੇਰੇ ਦਾ ਵੀ ਮੁਕੰਮਲ ਤਾਰਫ ਕਰਵਾ ਦਿਓ ਤਹਿਸੀਲ ਦਸਕਾ ਜ਼ਿਲ੍ਹਾ ਸਿਆਲਕੋਟ ਗਾਉਂ ਫਿਰੋ ਚੱਕ ਉਮੀਦ ਕਰਨਾ ਸਾਰੇ ਦੋਸਤ ਅਹਿਬਾਬ ਖੈਰ ਖਰੀਅਤ ਨਾਲ ਹੋਣਗੇ ਤੇ ਦੋਸਤ ਇੰਨੀ ਮੁਹੱਬਤ ਕਰਦੇ ਨੇ ਚਾਹਤ ਕਰਦੇ ਨੇ ਉਹਨਾਂ ਦਾ ਸ਼ੁਕਰੀਆ ਅਦਾ ਕਰਾਂਗੇ ਦੋਸਤਾਂ ਨੂੰ ਜਾਨਵਰਾਂ ਦਾ ਸ਼ੁਕਰ ਆਉਂਦੇ ਭਰਾ ਸਾਹਿਬ ਡੱਕ ਕੇ ਸਾਰਿਆਂ ਦੀਆਂ ਵੈੜੀਆਂ ਫੱਬੀਆਂ ਹੁੰਦੀਆਂ ਨੇ ਥੱਲੋਂ ਅਸੀਂ ਕਦੀ ਸੌਦੇ 'ਚ ਨਹੀਂ ਕਸਮ ਖਾਧੀ ਹੈ ਅਸੀਂ ਇਸ ਗੱਲ ਦੀ ਕਸਮ ਦਿਆਂਗੇ ਅਸੀਂ ਵੈੜੀ ਡੱਕੀ ਨਹੀਂ ਜੇ ਆਇਆ ਜ਼ਿੰਦਾਬਾਦ ਹੈ ਜਿਹੜਾ ਵੱਡਾ ਬ੍ਰਾਂਡ ਹੈ ਤਿੰਨ ਝੁਆਈਆਂ ਗਾਣੀ ਹੁੰਦੀਆਂ ਤੇ ਅਸੀਂ ਇਸ ਗੱਲ ਦੀ ਕਸਮ ਦਿਆਂਗੇ ਅਸੀਂ ਇੱਕ ਮਿੰਟ ਵੀ ਨਹੀਂ ਵੈੜੀ ਡੱਕੀ ਮਾਸ਼ਾਅੱਲਾ ਜੀ ਚੀਜ਼ ਹੀ ਨਾਮੀ ਹੈ ਡੋਗਰ ਸਾਹਿਬ ਜਾ ਬੰਨਾ ਬੱਜਾ ਸੀ ਅੱਗੇ ਪਸੰਦ ਪਈ ਉਹਦੀ ਵਜ੍ਹਾ ਤੋਂ ਠੀਕ ਹੈ ਯਾਰ ਇਹ ਖੋਲੋ ਕਰਵਾਈਏ ਸ਼ੌਕ ਆਓ ਜੀ ਭਾਈ ਤਸਵਰ ਸਾਹਿਬ ਬਰਕਾਤ ਸਾਹਿਬ ਆਓ ਜੀ ਤੁਸੀਂ ਆ ਮਾਸ਼ਾਅੱਲਾ ਜੀ ਲਿਆਓ ਜੀ ਨੰਬਰ ਇੱਕ ਵਾਲੀ ਨੰਬਰ ਆ ਗਈ ਹੈ ਜੀ ਇੱਕ ਤੇ ਜੀ ਡੋਗਰ ਸਾਹਿਬ ਕਿਨਵਾ ਸੁਆ ਸੂਈ ਹੈ ਜੀ ਸਾਹਿਬ ਦੂਸਰਾ ਸੁਆ ਸੂਈ ਹੈ ਫਰੀਜ਼ੀਅਨ ਤੇ ਚੋਲਸਤਾਨੀ ਗਰਾਸ ਹੈ ਫਰੀਜ਼ੀਅਨ ਤੇ ਚੋਲਸਤਾਨੀ ਗਰਾਸ ਹੈ ਸੁਆ ਦੂਸਰਾ ਸੂਈ ਹੋਰ ਇਹਦੇ ਵਿੱਚ ਗਰਲੈਂਡੋ ਹੀ ਹੋਈ ਆਣਾ ਸੀ ਪਰ ਅਸੀਂ ਨਹੀਂ ਕਰਨਾ ਅੱਛਾ ਯਾਦ ਹੋਣਾ ਗਰਲੈਂਡੋ ਨਹੀਂ ਆਖ ਸਾਰੇ ਗਰਲੈਂਡੋ ਹੀ ਕਹਿਣੀ ਸੀ ਫਰੀਜ਼ੀਅਨ ਤੇ ਚੋਲਸਤਾਨੀ ਗਰਾਸ ਹੈ ਸੁਆ ਕਿਨਵਾ ਤੇ ਕਿਦਾਂ ਦੀ ਸੂਈ ਹੈ ਜੀ ਕੱਲ ਦੀ ਸੂਈ ਹੈ ਸੁਬਾਹ ਦੂਸਰਾ ਵੇ ਲਬਾਸੀ ਦੋਸਤਾਂ ਵੇਖ ਲੈਣਾ ਵੇ ਨੰਬਰ ਇੱਕ ਤੇ ਚੈੱਕ ਕਰਵਾਉਂਦੇ ਹਾਂ ਪੇ ਫਿਲਹਾਲ ਬੋਲੇ ਦੇ ਵੇ ਡੋਗਰ ਸਾਹਿਬ ਬੋਲਾ ਕਿੰਨਾ ਕਿਹਦੇ ਕੋਲ ਬੋਲੇ ਤੇ ਵੇ ਤੇ ਬੋਲਾ ਦੋਵਾਂ ਟਾਈਮਾਂ ਦਾ ਟੋਟਲ ਬੱਚੇ ਸਮੇਤ 14-15 ਕਿਲੋ ਜੀ ਡੋਗਰ ਸਾਹਿਬ ਕੀ ਰੇਟ ਹੈ ਜੀ ਵੈੜ ਨੰਬਰ ਇੱਕ ਦਾ ਵੈੜੀ ਚੋਖੀ ਸਾਰੀ ਚੰਗੀ ਹੈ ਬੋਲੋ ਜੋ ਮਰਜ਼ੀ ਕਰਦੇ ਰਹੋ 4.5-4.5 ਸਾਢੇ 4 ਕਰਦੇ ਰਹੋ ਸੋਹਣਾ ਲਿਖੜਾ ਅਗਲਾ ਰੇਟ ਕਿਸੇ ਭਰਾ ਦੋਸਤ ਨੂੰ ਪਸੰਦ ਹੈ ਫਾਈਨਲ 3,75,000 ਦੀ ਵੈੜੀ ਦੇਣਗੇ 3,75,000 ਜੀ ਬਿਹਤਰ ਹੋ ਗਿਆ ਬਾਈ ਲਓ ਜਾਗੇ ਨੰਬਰ 2 ਵਾਲੀ ਨੰਬਰ 1 ਤੇ ਚੈੱਕ ਕਰਵਾਈਏ ਕੀਮਤ ਡਿਮਾਂਡ 3,75,000 ਥਾਂ ਦੋਸਤਾਂ ਫਿਰ ਵੇਖਣੇ ਨੇ ਮਾਸ਼ਾਅੱਲਾ ਜੀ ਸੋਹਣੇ ਮੁੱਠੀ ਥਾਂ ਲੱਗੇ ਨੇ ਜੀ ਬਿਹਤਰ ਹੋ ਗਿਆ ਅੱਗੇ ਬਾਈ ਲਿਆਓ ਜੀ ਨੰਬਰ 2 ਵਾਲੀ ਟੋਰੇ ਬਰਗਾਸ ਸਾਹਿਬ ਜਾ ਕੀ ਪਿੱਛੇ ਬੱਚੀ ਬੱਚਾ ਜੀ ਟੋਰੇ ਭਾਈ ਜਾਨ ਸਾਹਿਬ ਬੱਚੇ ਨੇ ਗਾ ਕੇ ਜਿਹੜੇ ਨਾੜੂ ਵੇਖੋ ਥੱਲੇ ਤਾਜ਼ਾ ਨਾਲ ਫਰੈਸ਼ ਨਾੜੂ ਨਜ਼ਰ ਆਉਂਦੇ ਆ ਤੇ ਕਿੱਡਾ ਸਾਰਾ ਬੱਚਾ ਜੀ ਲੱਗਦਾ ਨਾੜੂ ਅੰਦਰ ਹਾਂ ਯਾਰ ਬਾਈ ਖਿਲਾ ਰਹੇ ਨਾੜੂ ਥੱਲੇ ਵੇ ਤੇ ਲੱਗਦਾ ਦਿਹਾੜੀ ਕੰਨ ਦੀ ਸੂਈ
ਉਂਝ ਗਾਂ ਮਹੀਨੇ ਦੀ ਲੱਗਦੀ ਸੂਈ। ਅੱਛਾ, ਜਿੱਡਾ ਵੱਛਾ ਇਹਨੇ ਦੇਤਾ ਮਹੀਨੇ ਦਾ, ਜਾ ਇੱਡਾ ਹੁੰਦਾ ਜਾ ਕੇ। ਕਿੱਦਾਂ ਦੀ ਸੂਈ ਬਸ ਰਾਜ ਸਾਹਿਬ? ਕੱਲ ਦੀ ਸੂਈ ਜੀ, ਕੱਲ ਦੀ ਸੂਈ ਆ ਵੀ ਮਾਸ਼ਾਅੱਲਾ ਜੀ। ਸੋਵਾ ਕਿੰਨਵਾ ਡੋਗਰ ਸਾਹਿਬ ਦਾ? ਰਾਜ ਸਾਹਿਬ ਦੂਸਰਾ ਸੂਆ, ਮੂੰਹੋਂ ਛਿੱਗੀ ਜੇ ਤੇ ਮਾਸ਼ਾਅੱਲਾ ਵੈੜੀ ਦਾ ਥਣ ਵਾ ਹਜ਼ਾਰ ਗਾਂ ਚ ਇੱਕ ਗਾਂ ਦਾ, ਵੈੜੀ ਦਾ ਥਣ ਇੱਦਾਂ ਹੁੰਦਾ ਮਾਸ਼ਾਅੱਲਾ ਜੀ। ਹਜ਼ਾਰ ਚ ਇੱਕ ਦਾ ਥਣਾਂ ਦਾ ਸਾਈਜ਼ ਬੜਾ ਪਿਆਰਾ ਵੇ, ਸੋਹਣੇ ਮੁੱਠੀ ਥਣ ਲੱਗੇ ਨੇ। ਕੱਲ ਦੀ ਸੂਈ ਹੈ, ਸੋਵਾ ਦੂਸਰਾ ਵੇ, ਪਿੱਛੇ ਦੇ ਬੱਚਾ ਵੇ। ਬੋਲਾ ਕਿੰਨਾ ਕੇ ਡੋਗਰ ਸਾਹਿਬ ਦੇ ਕੋਲ? 14 to 15 kilo ਭਾਈ ਖਿਲਾ ਰਹੇ ਹੋ? ਪ੍ਰਿੰਟ ਜ਼ਬਰਦਸਤ, ਖੂਬਸੂਰਤੀ ਦੋਸਤਾਂ ਵੇਖ ਲੈਣੀ ਹੈ। ਬਿਲਕੁਲ ਜੀ, ਬੋਲੇ ਤੇ ਨੇ ਮਾਸ਼ਾਅੱਲਾ ਜੀ, ਥਣ ਵੀ ਸੋਹਣੇ ਮੁੱਠੀ ਲੱਗੇ ਨੇ, ਇਹ ਵੀ ਸਾਊ ਵੇ। ਸਿਰਫ ਕਿੰਨੀ ਸਾਰੀ ਹੈ ਆ? ਚੈੱਕ ਕਰੋ ਜੀ, ਬਰਕਾਤ ਸਾਹਿਬ ਸ਼ਰਾਫਤ ਚੈੱਕ ਕਰਵਾਉਂਦੇ ਨੇ ਮਾਸ਼ਾਅੱਲਾ। ਜ਼ਿੰਦਾਬਾਦ, ਬਿਹਤਰੀਨ ਹੋ ਗਿਆ। ਢਾਕਾ ਆਰਾ ਬਾਜ਼ਾਰ ਨਹੀਂ ਹੈ ਭਾਈ, ਜਰਾ ਵੀ ਸਾਹਮਣੇ ਕਰਿਓ। ਕੀ ਨਸਲ ਹੈ ਡੋਗਰ ਸਾਹਿਬ ਜੀ? ਬਰਾ ਸਾਹਿਬ, ਇਹ ਫ੍ਰੀਜ਼ੀਅਨ ਤੇ ਚੋਲਸਤਾਨੀ ਕਰਾਸ ਹੈ। ਆ ਵੀ ਫ੍ਰੀਜ਼ੀਅਨ ਤੇ ਚੋਲਸਤਾਨੀ ਕਰਾਸ ਹੈ, ਬਰੀਕ ਚਿਹਰਾ ਮਾਸ਼ਾਅੱਲਾ ਜੀ, ਪਿੱਛੇ ਦੇ ਬੱਚਾ ਵੇ, ਸੁਆ ਦੂਸਰਾ ਵੇ, ਇਹ ਵੀ 6 ਦੰਦ ਦੇ। ਠੀਕ ਹੈ ਭਾਈ, ਲੰਮੀ ਟੁਰ ਕੇ ਲੈ ਚਲੋ। ਨੰਬਰ 2 ਤੇ ਚੈੱਕ ਕਰਵਾਉਂਦੇ ਹਾਂ ਪੇ। ਬੋਲਾ ਦੋਵਾਂ ਟਾਈਮਾਂ ਦਾ ਟੋਟਲ ਬੱਚੇ ਸਮੇਤ 14 to 15 kilo। ਲੈ ਚਲੋ ਭਾਈ ਲੰਮੀ ਟੁਰ ਕੇ। ਥਣ ਮਾਸ਼ਾਅੱਲਾ ਜੀ ਸੋਹਣੇ ਮੁੱਠੀ, ਕਰਾਸ ਬਰੀਡ, ਦੁੱਧਾਂ ਦਾ ਵੀ ਇਨਸ਼ਾਅੱਲਾ ਫੈਟ ਵਾਲਾ ਹੋਏਦਾ, ਪੁੱਠਾ ਵੀ ਦੋਸਤਾਂ ਵੇਖ ਲੈਣਾ। ਟੋਰੋ ਭਾਈ ਲੰਮੀ ਟੁਰ ਕੇ ਖੜੇ ਜ਼ਰਾ ਜੀ। ਡੋਗਰ ਸਾਹਿਬ, ਕੀ ਰੇਟ ਹੈ ਜੀ ਵੈਟ ਨੰਬਰ 2 ਦਾ? ਖੜਾ ਕਰਨਾ ਜੀ 3,95,000 ਜੀ, ਜ਼ਬਰਦਸਤ ਹੋ ਗਿਆ ਮਾਸ਼ਾਅੱਲਾ ਜੀ। ਨੰਬਰ 2 ਤੇ ਚੈੱਕ ਕਰਵਾਈਏ, ਹੁਸਨ ਵਾਲੀ ਚੀਜ਼ ਤੇ ਨਸਲ ਵੀ ਚੰਗੀ ਹੈ, ਪਿੱਛੇ ਦੇ ਬੱਚਾ ਵੇ। ਅੱਲਾ ਦੇ ਹੁਕਮ ਨਾਲ 4.5 ਤੋਂ ਵੱਧ ਦੇ ਅਸੀਂ ਗਏ ਹਾਂ ਮਾਲ ਸ਼ਾਲ ਵੇਚਣਾ, ਮੈਂ 4-5 ਦਿਨ ਹੋਏ ਭਿੰਡੀ ਗਿਆ। ਦੱਸਿਆ ਸੀ ਤੁਸੀਂ ਕੱਲ ਕੀ ਪਰਸੋਂ ਗੱਲ ਹੋਈ? ਬੇਕੀਮਤੀ ਜਿੰਝ ਦੂਜੀਆਂ ਵੇਚੀਆਂ ਨੇ, ਮੈਂ ਕਿਹਾ ਵੀ ਜਾਇਜ਼ ਕਿਸੇ ਦੇ ਘਰ ਜਾਣ ਜੀ। ਬਿਹਤਰ ਹੋ ਗਿਆ, ਕਰਵਾਈ ਅੱਗੇ ਬ੍ਰਾਂਡ ਚੈੱਕ। ਆਓ ਜੀ ਭਾਈ, ਲਿਆਓ ਜੀ, ਅੱਗੇ ਆ ਗਿਆ ਮਾਸ਼ਾਅੱਲਾ ਜੀ। ਅੱਜ ਦੀ ਵੀਡੀਓ ਦਾ ਬ੍ਰਾਂਡ ਪਿੱਛੇ ਬੱਚੀ ਮਾਸ਼ਾਅੱਲਾ ਜੀ, ਕਿੰਨੇ ਦਿਨਾਂ ਦੀ ਬੱਚੀ ਹੈ ਜੀ? ਬਿਲਕੁਲ ਜੀ, ਥੱਲੇ ਵੀ ਪੂਰਾ ਮੈਦਾਨ ਲਾਇਆ ਵੇ, ਪੂਰੀ ਬ੍ਰਾਂਡ ਅਸਲੀ ਤੇ ਨਸਲੀ ਬੈਠ ਜਿੰਜ ਭਾਈ ਹੈ ਚੀਜ਼ ਚੈੱਕ ਵੀ ਕਰਵਾ ਦੋ, ਤੁਹਾਡੀ ਮਿਹਰਬਾਨੀ। ਡੱਕਾ ਵਗੈਰਾ ਵੀ ਕੋਈ ਨੀ ਭਾਈ, ਲੰਮੀ ਟੋਰ ਕੇ ਇੱਧਰ ਨੂੰ ਲੈ ਆਓ, ਖੁੱਲੀ ਜਗ੍ਹਾ ਨੂੰ ਇੱਧਰ ਨੂੰ ਟੋਰ ਲਵੋ, ਇੱਧਰ ਨੂੰ ਭਾਈ ਟੋਰੋ, ਇਸ ਸਾਈਡ ਨੂੰ ਟੋਰ ਲਵੋ, ਲੰਮੀ ਲੰਮੀ ਟੋਰ ਕੇ ਲਿਆਓ ਜ਼ਰਾ ਜੀ। ਡੋਗਰ ਸਾਹਿਬ, ਕਿੰਨਵਾ ਸੁਆ ਜੀ ਇਹਦਾ? ਸੁਆ ਦੂਸਰਾ ਮਾਸ਼ਾਅੱਲਾ ਜੀ, ਇਹ ਵੀ ਦੋ ਪਹਿਲੇ ਸੂਏ ਦਾ 35+ ਦਾ ਰਿਕਾਰਡ ਹੈ, ਹੁਣ ਸੁਆ ਦੂਸਰਾ ਸੂਈ ਹੈ, ਥੱਲੇ ਵੀ ਪੂਰਾ ਮੈਦਾਨ ਲਾਇਆ ਵੇ। ਖਿਲਾਰੇ ਭਾਈ ਜਾਨ, ਕਿੱਦਾਂ ਦੀ ਸੂਈ ਹੈ ਡੋਗਰ ਸਾਹਿਬ? ਹੈ ਕੱਲ ਦੀ ਸੂਈ ਹੈ ਮਾਸ਼ਾਅੱਲਾ ਜੀ, ਜਸਾਮਤ ਗੱਡੀ ਹੈ, ਕੰਨ ਛੋਟੇ ਨੇ। 27-28 ਕਿਲੋ ਠੰਡਾ ਕਰਕੇ ਤਸੱਲਾ ਨਾਲ ਡੱਬਾ ਮਾਰ ਕੇ ਝਿੱਗ ਮਾਰ ਕੇ 27 ਕਿਲੋ ਬੋਲਾ ਮੌਜੂਦਾ ਬੋਲਾ ਦੋਵਾਂ ਟਾਈਮਾਂ ਦਾ ਟੋਟਲ ਬੱਚੇ ਸਮੇਤ 26 to 27 kilo। ਇਹ ਪਿੱਛੇ ਦੇ ਬੱਚੀ ਕਰਮ ਵਾਲੀ ਹੈ ਵੀ ਦੋ ਨੇ, ਹਾਈਟ ਚੰਗੀ, ਬਰੀਕ ਪਛਮ ਹੈ, ਪ੍ਰਿੰਟ ਜ਼ਬਰਦਸਤ, ਪੂਰੀ ਹੁਸਨ ਵਾਲੀ ਮਾਸ਼ਾਅੱਲਾ ਜੀ, ਨਾਮੀ ਗ੍ਰਾਮੀ ਚੀਜ਼, ਥੱਲੇ ਵੀ ਪੂਰਾ ਮੈਦਾਨ ਲਾਇਆ ਅਤੇ ਜਿਹੜਾ ਬੋਲਾ ਵੇ ਤਕਰੀਬਨ 26 to 27 kilo ਵੇ ਦੋਵਾਂ ਟਾਈਮਾਂ ਦਾ ਟੋਟਲ ਬੱਚੇ ਸਮੇਤ। ਨਸਲ ਕੀ ਜੇ ਡੋਗਰ ਸਾਹਿਬ ਦੀ? ਟੱਚ ਤੇ ਚੋਲਸਤਾਨੀ ਭਾਈ, ਖਿਲਾ ਰਹੇ ਹੋ ਜੀ? ਗਰਮੀ ਨੀ ਕਰੇਗੀ ਤੇ ਜਿੱਥੇ ਬੱਜੀ ਹੋਏਗੀ ਉਸ ਜ਼ਿਲ੍ਹੇ ਚ ਪਤਾ ਲੱਗੇਗਾ ਕਿ ਕੋਈ ਸ਼ੈ ਆਉਂਦੀ ਹੈ ਕਿ ਕੋਈ ਸ਼ੈ ਬੱਜੀ ਹੈ। ਆ ਬਿਲਕੁਲ ਜੀ, ਪੂਰੀ ਬ੍ਰਾਂਡ ਹੈ, ਨਫਾਸ ਚੰਗੀ ਹੈ, ਬਰੀਕ ਪਛਮ ਹੈ, ਪ੍ਰਿੰਟ ਦੀ ਸ਼ਾਈਨਿੰਗ ਚਮਕ ਵੀ ਚੰਗੀ ਹੈ, ਚੌਰਸ ਲਿਬਾਸ ਹੈ ਮਾਸ਼ਾਅੱਲਾ ਜੀ, ਜਸਾਮਤ ਗੱਡੀ ਹੈ, ਥਣ ਸੋਹਣੇ ਮੁੱਠੀ ਲੱਗੇ ਨੇ, ਪੁੱਠਾ ਵੀ ਦੋਸਤਾਂ ਵੇਖ ਲੈਣਾ, ਕਾਦਾ ਵਰੇ ਡੱਚ ਤੇ ਚੋਲਸਤਾਨੀ ਕਰਾਸ ਹੈ, ਪਿੱਛੇ ਤੇ ਬੱਚੀ ਹੈ ਭਾਈ, ਸਵਰ ਲਿਆ ਉੱਪਰ ਤਾਂ ਆ ਕੇ ਜ਼ਰਾ, ਫਿਰ ਪੂਰਾ ਸ਼ੋਅ ਕਰੋ ਇੱਥੇ, ਖਿਲਾ ਰਹਾ ਹਾਂ ਜ਼ਰਾ ਤੁਹਾਨੂੰ ਦੋਸਤਾਂ ਨੂੰ ਸਾਈਡ ਤੋਂ ਵੀ ਚੈੱਕ ਕਰਵਾਈਏ, ਕਾਦਰੀ ਜ਼ਰਾ ਦੋਸਤਾਂ ਨੂੰ ਚੈੱਕ ਕਰਵਾ ਦਈਏ, ਚਿਹਰਾ ਦੋਸਤਾਂ ਵੇਖ ਲੈਣਾ ਵੇ, ਮਾਸ਼ਾਅੱਲਾ ਜੀ ਡੱਚ ਤੇ ਚੋਲਸਤਾਨੀ ਕਰਾਸ ਹੈ ਭਾਈ, ਆਪ ਹੀ ਭਰ ਲਿਆ, ਥੋ ਜ਼ਰਾ ਢੋਰ ਕੇ ਲਿਆਓ, ਇਹ ਮਾਸ਼ਾਅੱਲਾ ਜੀ ਤੁਹਾਨੂੰ ਵੀ ਦੋਸਤਾਂ ਵੇਖ ਲੈਣੇ ਨੇ, ਸੋਹਣੇ ਮੁੱਠੀ ਥਣ ਲੱਗੇ ਨੇ, ਨੰਬਰ
ਤਿੰਨ ਤੇ ਚੈੱਕ ਕਰਵਾਉਂਦੇ ਹਾਂ ਬਾਈ। ਲਿਆਓ ਜੀ ਪਿੱਛੇ ਤੋਂ ਪੁੱਛੀ ਲਿਆਓ ਪਰਤਾ ਕੇ ਜੀ। ਡੋਗਰ ਸਾਹਿਬ ਕੀ ਰੇਟ ਹੈ ਜੀ ਵੈਟ ਨੰਬਰ 3 ਦਾ? ਭਰਾ ਸਾਹਿਬ ਵੈਟ ਦਾ ਰੇਟ ਨਹੀਂ ਲਾਉਣਾ, ਸ਼ਾਹ ਹੋਣਾ ਸੌਦਾ ਰੇਟ ਹੀ ਲਾਉਂਦਿਆਂ। ਜੇ ਹੋ ਗਿਆ ਠੀਕ ਹੈ, ਨਾ ਹੋਇਆ ਤਾਂ ਫਿਰ ਕਿਆ ਭਰਾ ਦੋ ਤੁਸੀਂ, ਜਿਹਨੂੰ ਪਸੰਦ ਹੋਈ ਉਹਨੂੰ ਵੀਡੀਓ ਤੇ ਦੱਸ ਦਿਆਂ। ਕਿਹੜੇ ਸ਼ਾਹ ਹੋਣਾ ਸੌਦਾ ਹੋ ਰਿਹਾ? ਅੱਛਾ ਸਾਜੀ ਰਾਹ ਤੁਸੀਂ ਵੀ ਸ਼ਾਹਰੀ ਕਿੱਥੋਂ ਆਏ ਨੇ? ਆਹ ਪੁੱਠਾ ਵੀ ਦੋਸਤਾਂ ਵੇਖ ਲੈਣਾ ਜੀ ਮਾਸ਼ਾਅੱਲਾ ਜੀ। ਅਗਰ ਕਿਸੇ ਦੋਸਤ ਭਾਈ ਦੀ ਸਮਝ 'ਚ ਆਉਂਦੀ ਹੈ ਤੇ